सुजानपुर से शेरपुर को जाने वाली लिंक मार्ग की हालत खस्ता होने की वजह से लोगों में जिला प्रशासन के प्रति रोष पाया जा रहा है। बता दें कि इस सड़क पर बड़े बड़े खड्डे पड़ चुके हैं, जिसके अक्सर यहां सड़की हादसे होते रहते हैं, जिससे जानी नुकसान होने का खतरा भी बना रहता है। पर ना तो इस ओर जिला प्रशासन ध्यान दे रहा है और ना ही किसी भी सरकारी नुमाइंदे का इस ओर ध्यान है। इसी के चलते लोगों व राहगीरों में जिला प्रशासन व सरकार के प्रति रोष पाया जा रहा है। वे राहगीरों ने कहा है कि ये सड़क आज से करीब 8-10 साल पहले बनी थी, जो अब पूरी तरह से टूट चुकी है, जिससे अक्सर इस सड़क पर हादसे होते रहते हैं, पर इस ओर कोई भी ध्यान नहीं दे रहा है। लोगों ने मांग करते हुए कहा कि जल्द जिला प्रशासन इस ओर ध्यान दे व सड़क को बनाया जाए। ਸਰ ਮੇਰਾ ਨਾਮ ਸੁਰਜੀਤ ਸਿੰਘ ਹੈ ਜੀ। ਕੀ ਪ੍ਰੋਬਲਮ ਹੈਗੀ ਜਿਹੜੀ ਰੋਡ ਦੀ? ਤੁਹਾਡੀ ਪ੍ਰੋਬਲਮ ਹੈ ਸੁਜਾਨਪੁਰ ਤੋਂ ਸ਼ੇਰਪੁਰ ਵਾਲੇ ਪ੍ਰੋਬਲਮ? ਸਰ ਤੁਸੀਂ ਦੇਖ ਰਹੇ ਹੋ, ਇਹ ਜਿਹੜਾ 5-6 ਕਿਲੋਮੀਟਰ ਦਾ ਰੋਡ ਹੈ ਸ਼ੇਰਪੁਰ ਤੋਂ ਸੁਜਾਨਪੁਰ, ਬਿਲਕੁਲ ਟੁੱਟਿਆ ਹੋਇਆ ਸਰ, ਔਰ ਬਹੁਤ ਹੀ ਜ਼ਿਆਦਾ ਮੁਸ਼ਕਿਲ ਸਾਨੂੰ ਆ ਰਹੀ ਹੈ। ਸਾਡਾ ਇੱਥੇ 5-7 ਮਿੰਟ ਦਾ ਟਾਈਮ ਲੱਗਦਾ, ਉੱਥੇ ਸਰ 35-40 ਮਿੰਟ ਲੱਗ ਜਾਂਦੇ ਆ। ਕਈ ਵਾਰੀ ਅਸੀਂ ਆਪਣੇ ਪਰਿਵਾਰ ਨਾਲ ਜਾਂਦੇ ਹਾਂ ਪਰ ਬਹੁਤ ਮੁਸ਼ਕਿਲ ਹੁੰਦੀ ਹੈ ਸਰ, ਸਾਨੂੰ ਵਾਇਆ ਮਜਬੂਰਨ ਮਲਕਪੁਰ ਤੋਂ ਅੱਗੇ ਜਾਣਾ ਪੈਂਦਾ। ਅਸੀਂ ਤਾਂ ਮੰਗ ਕਰਦੇ ਹਾਂ ਸਰਕਾਰ ਨੂੰ ਕਿ ਜਲਦ ਤੋਂ ਜਲਦ ਇਸ ਰੋਡ ਵੱਲ ਧਿਆਨ ਦਿੱਤਾ ਜਾਵੇ ਅਤੇ ਜਿਹੜੇ ਹਾਦਸਿਆਂ ਸ਼ਿਕਾਰ ਲੋਕ ਹੁੰਦੇ ਆ ਉਹਨਾਂ ਦਾ ਵੱਲ ਖਿਆਲ ਕੀਤਾ ਜਾਵੇ ਜੀ। ਜੀ ਪਿੰਡ ਪੰਜੋੜ ਤੋਂ ਇਹ ਸੜਕ ਹੈਗੀ ਹੈ ਸ਼ੇਰਪੁਰ ਤੋਂ ਲੈ ਕੇ ਸੁਜਾਨਪੁਰ ਤੱਕ, ਇਹ ਪੂਰੀ ਹਾਲਤ ਟੁੱਟੀ ਹੋਈ ਹੈ। ਅਸੀਂ ਸਰਕਾਰ ਅੱਗੇ ਇਹੋ ਬੇਨਤੀ ਕਰਨੇ ਹਾਂ, ਇਹ ਸੜਕ ਸਾਨੂੰ ਜਲਦੀ ਜਲਦੀ ਬਣਾਈ ਜਾਏ ਅਤੇ ਅਸੀਂ ਜਾ ਸਕੀਏ ਕਿਤੇ। ਜੇ ਸੁਜਾਨਪੁਰ ਜਾਂਦੇ ਹਾਂ ਬਿਲਕੁਲ ਘੰਟਾ ਅੱਧਾ ਘੰਟਾ ਸਾਨੂੰ ਜਾਂਦੇ ਲੱਗ ਜਾਂਦਾ, ਸੜਕ ਟੁੱਟੀ, ਕਿਸੇ ਦਾ ਹਾਦਸਾ ਵੀ ਹੋ ਸਕਦਾ, ਕਿਤੇ ਡਿੱਗ ਵੀ ਸਕਦੇ, ਕਿਤੇ ਲਾਗੇ ਸਾਡੇ ਵੀ ਲੱਗ ਸਕਦੀ ਹੈ। ਅਸੀਂ ਸਰਕਾਰ ਅੱਗੇ ਇਹੋ ਬੇਨਤੀ ਕਰਨੇ ਜਲਦੀ ਜਲਦੀ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ। Distributors and promoters, ward number 11 near Novelty Mall, Mamoon Road, Pathankot. Contact us on 954006113.